रख ले। मेरे पास्टर जी ने कहा था प्रभु के वायदा करो, ये प्रभु मैं 2024 में मेरे हालात बदले हुए होने चाहिए। कहने मैं ऐसा ही प्रभु के प्रार्थना की थी, प्रभु 2024 मेरे हालात बदले हुए होने चाहिए। कहने जितने मैं प्रार्थना की थी पहले ही मंथ के पहले ही हफ्ते परमेश्वर की दासी ने कहा तुसी ऑयल अपने मुंह दे विच भी पाओ। जिते कहने मैं ऑयल अपने मुंह च पाया, वो गले का रोग मैनू छड़ के गया। जो लोग टाण दो इन्ने समय तो नहीं ले सी मैनू खाना पीना नहीं सी पच रहा, परमेश्वर ने मैनू उस रोग तो छड़ दिता। परमेश्वर ने इस बात ने बहुत ज्यादा बदल दिया। हालेलुया ਸਰਦੀਆਂ ਦੇ ਵਿੱਚ ਕਾਫੀ ਦਿਨ ਨਾ ਰੋਟੀ ਖਾਣੀ ਤੇ ਸੁਣ ਕੇ ਰੋਟੀ ਗਲੀ ਠਾ ਨੀ ਜਾਣੀ। ਮੈਂ ਆਪਣੇ ਬੱਚਿਆਂ ਨੂੰ ਵੀ ਕਹਿਣਾ, ਮੈਂ ਕਹਿਣਾ ਦਵਾਈ ਲੈ ਕੇ ਆਉਣਾ ਜੋ ਮਰਜ਼ੀ ਹੋ ਜਾਏ। ਮੈਂ ਸ਼ਹਿਰ ਕੰਮ ਕਰਨ ਵੀ ਜਾਂਦੀ ਸੀ, ਉਹਨਾਂ ਨੂੰ ਵੀ ਦੱਸਣਾ, ਉਹਨਾਂ ਨੂੰ ਸ਼ਰਮਿੰਦਗੀ ਜਿਹੀ ਹੁੰਦੀ ਕਿ ਮੈਂ ਚਰਚ ਜਾਂਦੀ, ਇਹਨਾਂ ਨੂੰ ਮੈਂ ਕਿੱਦਾਂ ਦੱਸਾਂਗੀ ਮੇਰੇ ਗਲੇ 'ਚ ਪ੍ਰੋਬਲਮ ਆ। ਤੇ ਇਹਨਾਂ ਨੂੰ ਮੈਂ ਕਹਿਣਾ, ਦੀਦੀ ਅੱਜ ਮੈਂ ਦਵਾਈ ਲੈ ਕੇ ਜਾਣੀ, ਮੈਂ ਕਿੱਥੋਂ ਲੈ ਕੇ ਜਾਵਾਂ ਤੇ ਹੁਣ ਚੰਗਾ ਆ ਡਾਕਟਰ ਦੱਸੋ। ਹਾਂ ਉਹਨਾਂ ਨੇ ਮੈਨੂੰ ਕਹਿਣਾ ਭੰਡਾਰੀ ਕੋਲੋਂ ਲੈ ਲਾ, ਤੇ ਮੈਂ ਐਵੇਂ ਪੁੱਛਣਾ ਕਿ ਕਿੰਨੀ ਕੁ ਮਹਿੰਗੀ ਦਿੰਦਾ। ਉਹਨਾਂ ਨੇ ਕਹਿਣਾ 4 ਪੰਜਾਂ ਦੀ ਦਵਾਈ ਲੈਣ ਤੂੰ ਲੈ ਜਾ। ਉਹਨਾਂ ਨੂੰ ਮੈਂ ਕਹਿ ਆਉਣਾ ਤੇ ਘਰ ਆਉਣਾ, ਉਹਨਾਂ ਨੇ ਮੈਨੂੰ ਪੁੱਛਣਾ ਜਾ ਕੇ ਫਿਰ ਦੂਸਰੇ ਦਿਨ ਮੈਂ ਜਾਣਾ, ਤੂੰ ਦਵਾਈ ਲਈ ਸੀ? ਮੈਂ ਕਿਹਾ ਦੀਦੀ ਨਹੀਂ, ਮੇਰਾ ਦਵਾਈਆਂ ਖਾਣ ਨੂੰ ਮਨ ਨਹੀਂ ਕਰਦਾ। ਤੇ 10-15 ਦਿਨ ਹੋ ਗਏ ਮੈਂ ਚਰਚ ਆਈ, ਜਿਸ ਤਰ੍ਹਾਂ ਔਲ ਨਾਲ ਪ੍ਰਾਰਥਨਾ ਹੋਈ ਮੈਂ ਮਾਸਟਰ ਦੀ ਕੋਲ ਆਈ। ਅੱਜ ਮੈਂ ਅੱਜ ਦੇਖ ਲੈਂਦੀ ਹਾਂ, ਸਾਰੇ ਲੋਕ ਚੰਗੇ ਹੁੰਦੇ, ਅੱਜ ਮੈਂ ਵੀ ਦੇਖ ਲੈਂਦੀ ਹਾਂ ਔਲ ਪ੍ਰਾਰਥਨਾ ਕਰਵਾ ਕੇ ਮੈਂ ਵੀ ਚੰਗੀ ਹੋਈ, ਮੇਰਾ ਗਲਾ ਠੀਕ ਹੋ ਜਾਣਾ। ਮੈਂ ਪਾਸਟਰ ਕੋਲ ਗਈ, ਮੈਂ ਪਾਸਟਰ ਜੀ ਮੇਰੇ ਗਲੇ ਦੇ ਨਾਲ ਪ੍ਰੋਬਲਮ, ਮੇਰਾ ਖਾਣਾ ਜਦੋਂ ਖਾਂਦੀ ਨੀਚੇ ਨਹੀਂ ਜਾਂਦਾ। ਪਾਸਟਰ ਕਿਹਾ ਮੇਰਾ ਮੂੰਹ ਖੋਲ, ਪਾਸਟਰ ਨੇ ਜਿਸ ਤਰ੍ਹਾਂ ਮੂੰਹ ਖੋਲਿਆ, ਪਾਸਟਰ ਨੇ ਔਲ ਮੇਰੇ ਮੂੰਹ 'ਚ ਪਾਇਆ, ਪ੍ਰਾਰਥਨਾ ਕੀਤੀ। 3-4 ਹਫ਼ਤੇ ਹੋ ਗਏ ਮੈਂ ਬਿਲਕੁਲ ਠੀਕ ਹੈ, ਮੈਂ ਰੋਟੀ ਖਾਂਦੀ ਚੈੱਕ ਕੀਤਾ, ਮੇਰਾ ਗਲਾ ਬਿਲਕੁਲ ਨਾਰਮਲ ਹੋ ਗਿਆ।